वाहेगुरु जी का खालसा वाहेगुरु जी की फतेह। बड़े लंबे अरसे तो साढ़े बहुत सारे जिहड़े जुझारू वीर आ उह जेलां दे विच बैठे आ, जिन्हां दी सज़ा भी लगभग एक नहीं दो दो गुणा हो चुकी आ। जे 20 साल कटने होंदे 33-33, 34-34 साल हो गए आ। उन्हां सारयां दी समुच्चयां दी रिहाई लई ते भाई बलवंत सिंह जी राजोवाणा जिन्हां दी इन्हां ने डैथ सेंटेंस नूं लाइफ इंप्रिजनमेंट विच करन दा नोटिफिकेशन भी कीता जा चुका। सतगुरु गुरु नानक देव पातशाह जी दे 550वें प्रकाश उत्सव दे उत्ते प्राइम मिनिस्टर साहब ऑनरेबल होम मिनिस्टर साहब उन्हां ने यह ऐलान भी कीता सी। ते एक साडी पटीशन भी सुप्रीम कोर्ट दे विच श्रोमणी गुरद्वारा प्रबंधक कमेटी दी, क्योंकि असीं मारसी पटीशन प्रेजिडेंट को पाई सी, वह सुप्रीम कोर्ट के डिस्पोज ऑफ भी हो चुकी आ। तो उन्होंने सुप्रीम कोर्ट ऑनरेबल सुप्रीम कोर्ट ने हुक्म किया कि सरकार अपने तौर पर ये फैसला ले लवे। तो हुण साल उन्होंने भी हो चला उहदे ते कोई फैसला नहीं लिया जा रहा। भाई बलवंत सिंह राजोवाणा उन्होंने दो चिट्ठियां भी श्री अकाल तख्त साहब नूं लिखियां। असीं पहलां भी जतन करते रहे हैं तो हुण भी जतना च हाँ कि उन्हां दी जिहड़ी डैथ सेंटेंस आ उन्हूं लाइफ इंप्रिजनमेंट जो सरकार ने वायदा किया सी उन्हूं तुरंत डिस्पोज ऑफ करे। होर भी बहुत सारे मुद्दे आ जिहड़े श्रोमणी गुरद्वारा प्रबंधक कमेटी नाल संबंधित, वह गवर्नर साहब नाल असीं बैठ के डिस्कस करने हैं। सो अज असीं ये पैन ड्राइव दे विच सारे पा लए आ संबोलिक तौर पर परफॉर्मे जिहड़े आ उन्हां नूं किहड़े किहड़े गुरद्वारा साहिबान चों किन्ने किन्ने लख भरिया गया वो उन्हां नूं पैन ड्राइव जिहड़ी आ ਉਹ ਉਹਨਾਂ ਦੇ ਸਪੋਰਟ ਕਰ ਦੇਵਾਂਗੇ। ਸੋ ਮੈਂ ਸਿੱਖ ਪੰਥ ਨੂੰ ਵੀ ਬੇਨਤੀ ਕਰਦਾ, ਸਭ ਤੋਂ ਵੱਡੀ ਸਿੱਖ ਕੋਲ ਅਰਦਾਸ ਹੁੰਦੀ ਆ ਗੁਰਦੁਆਰਿਆਂ ਦੇ ਵਿੱਚ, ਜਿੰਨੇ ਵੀ ਚਾਹੇ ਪਿੰਡਾਂ 'ਚ ਆ ਚਾਹੇ ਸ਼ਹਿਰਾਂ ਦੇ, ਗੁਰੂ ਚਰਨਾਂ 'ਚ ਅਰਦਾਸ ਵੀ ਕਰੀਏ ਕਿ ਆਪਾਂ ਘਰਾਂ 'ਚ ਬੈਠੇ ਹਾਂ। ਰਾਜੋਵਾਣਾ ਸਾਹਿਬ 17 ਸਾਲ ਤੋਂ 8x8 ਦੀ ਕੋਠਲੀ ਦੇ ਵਿੱਚ ਬੈਠੇ, ਜਿਹੜੀ ਫਾਂਸੀ ਚੱਕੀਆਂ ਹੁੰਦੀਆਂ, ਅਤੇ ਉਹਨਾਂ ਵੱਲੋਂ ਵੀ ਇਹ ਆਦੇਸ਼ ਜਾਰੀ, ਉਹਨਾਂ ਨੇ ਆਪਣੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖ ਕੇ ਭੇਜੀ ਸੀ। ਸੋ ਅਸੀਂ ਪਹਿਲਾਂ ਵੀ ਯਤਨ ਕਰ ਰਹੇ ਅਤੇ ਹੁਣ ਵੀ ਅਸੀਂ ਸਮੁੱਚੇ ਤੌਰ 'ਤੇ ਉਹਨਾਂ ਯਤਨਾਂ ਲਈ ਯਤਨਸ਼ੀਲ ਹਾਂ। ਸੋ ਅੱਜ ਗਵਰਨਰ ਸਾਹਿਬ ਨਾਲ ਬੈਠ ਕੇ ਜਾ ਕੇ ਸਾਰੀਆਂ ਵਿਚਾਰਾਂ ਕਰਾਂਗੇ। ਅਸੀਂ ਡੈਪੂਟੇਸ਼ਨ ਆਪਣਾ ਜਿਹੜਾ ਸਾਡਾ ਸਕੱਤਰ ਆ ਇੱਥੋਂ, ਕਿਉਂਕਿ ਉਹਨਾਂ ਦੇ ਸਕੱਤਰਾਂ ਨਾਲ ਸਾਡੀ ਗੱਲ ਚੱਲਦੀ ਰਹਿੰਦੀ ਪਰ ਟਾਈਮ ਅਲਟੀਮੇਟਲੀ ਮਿਲਦਾ ਨਹੀਂ, ਹੁਣ ਅਸੀਂ ਜਾਤੀ ਤੌਰ 'ਤੇ ਇੱਥੋਂ ਆਪਣੇ ਭੇਜਾਂਗੇ। ਉਹ ਸਕੱਤਰ ਉੱਥੇ ਜਾ ਕੇ ਉਹਨਾਂ ਦੇ ਨਾਲ ਸਕੱਤਰਾਂ ਦੇ ਗੱਲ ਕਰਕੇ ਟਾਈਮ ਲੈਣਗੇ ਅਤੇ ਉਹਨਾਂ ਦੇ ਵੀ ਅਸੀਂ ਇਹ ਜਾ ਕੇ ਜਿੰਨੇ 26 ਲੱਖ ਸਿਗਨੇਚਰ ਆ ਇਹ ਵੀ ਉਹਨਾਂ ਦੇ ਵੀ ਜਾ ਕੇ ਧਿਆਨ ਦੇ ਵਿੱਚ ਸਪੁਰਦ ਉਹਨਾਂ ਦੇ ਵੀ ਕਰਾਂਗੇ, ਤਾਂ ਕਿ ਇਹ ਸਮੁੱਚੇ ਤੌਰ 'ਤੇ ਕੌਮੀ ਮੁੱਦਾ ਆ ਸਿੱਖ ਪੰਥ ਦਾ, ਇਹ ਕੌਮੀ ਮੁੱਦਾ ਜਿਹੜਾ ਆ ਛੇਤੀ ਤੋਂ ਛੇਤੀ ਜਿਹੜਾ ਇਹਦਾ ਹੱਲ ਕੀਤਾ ਜਾ ਸਕੇ। ਹੋਰ ਵੀ ਫਾਰਮ ਭੇਜੇ ਗਏ ਇੱਕ ਸਾਡਾ ਤਕਰੀਬਨ ਸਾਰੇ ਜਿਹੜੇ ਪਰਫੋਰਮੇ ਆ ਉਹ 26 ਲੱਖ ਦੇ 26 ਲੱਖ ਉਹ ਅੰਬ ਸਾਹਿਬ ਗੁਰਦੁਆਰੇ ਮੋਹਾਲੀ ਸਾਡੇ ਉੱਥੇ ਹੋ ਪਏ, ਅਸੀਂ ਭੇਜ ਦਿੱਤੇ ਸੀ ਰਾਤ ਹੀ, ਅਤੇ ਕਿਉਂਕਿ ਗੱਡੀਆਂ ਫਿਰ ਟਰੱਕ ਹੌਲੀ ਚੱਲਦਾ ਹੈ, ਉਹ ਸਾਰੇ 26 ਦੇ 26 ਉੱਥੇ ਪਹੁੰਚ ਗਏ ਸਾਰੇ। ਹੁਣ ਆਸਾਂ ਵੀ ਤਾਂ ਕੀ ਹੈ ਜੀ? ਦੇਖੋ ਆਸ ਨਾਲ ਹੀ ਬੰਦਾ ਜੀਂਦਾ, ਕਿਉਂਕਿ ਡੈਮੋਕ੍ਰੇਸੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਆ ਅਤੇ ਆਪਣੇ ਫਰਜ਼ਾਂ ਲਈ ਹਮੇਸ਼ਾ ਹੀ ਤਤਪਰ ਰਹੀ ਆ, ਹੁਣ ਵੀ ਤਤਪਰ ਆ, ਕਿਉਂਕਿ ਜਿਹੜੇ ਮੌਕੇ ਦੇ ਸਾਡੇ ਸਰਕਾਰਾਂ ਆ ਇਹ ਨਹੀਂ ਹੁਣ ਸੋਚਣਾ ਆ ਕਿ ਆਪਾਂ ਕਿਸੇ ਦਾ ਬਾਹਰ ਦਾ ਦਰਵਾਜ਼ਾ ਖੜਕਾਉਣਾ ਨਹੀਂ, ਇਸ ਮੁਲਕ ਦਾ ਦਰਵਾਜ਼ਾ ਖੜਕਾਉਣਾ ਰਾਸ਼ਟਰਪਤੀ ਸਾਹਿਬ ਦਾ। ਉਹਨਾਂ ਦੇ ਮੈਨੂੰ ਚੇਤਾ 12 ਦੇ ਵਿੱਚ ਜਦੋਂ ਇਹਨਾਂ ਦੀ ਸਜ਼ਾ ਜਿਹੜੀ ਆ ਇਹਨੂੰ ਆਪਾਂ ਕਮਿਊਟ ਕਰਨ ਲਈ ਲਾਈਫ ਇੰਪ੍ਰਿਜਨਮੈਂਟ ਲਈ ਮਰਸੀ ਪਟੀਸ਼ਨ ਪਾਈ ਸੀ ਉਹ ਵੀ ਪੈਂਡਿੰਗ ਆ। ਉਹ ਹੁਣ ਪੈਂਡਿੰਗ ਹੋਣ ਦੇ ਬਾਵਜੂਦ ਇਹ ਸਰਕਾਰ ਦਾ ਵੀ ਫਰਜ਼ ਬਣਦਾ ਕਿ ਸਿੱਖਾਂ ਨਾਲ ਇੰਨਾ ਵਿਤਕਰਾ ਨਾ ਕਰੇ ਕਿ ਦੋ ਦੋ ਗੁਣਾ ਸਜ਼ਾ ਹੋ ਕੱਟ ਚੁੱਕੇ ਤਾਂ ਫਿਰ ਵੀ ਆਪਾਂ ਹਾਲੇ ਫਿਰ ਅਵੇਸਲੀ ਹੋ ਕੇ ਬੈਠੇ। ਹਾਂਜੀ, ਦੇਸ਼ ਦਾ ਸਭ ਤੋਂ ਦੁਨੀਆ ਸਭ ਤੁਹਾਡਾ ਲੋਕਤੰਤਰ ਆਖਰ ਦੁਨੀਆ ਨੂੰ ਸੁਨੇਹਾ ਕੀ ਦੇ ਰਿਹਾ ਇਸ ਮਾਨਸਿਕਤਾ? ਦੇਖੋ ਇਹ ਤਾਂ ਹੁਣ ਇਹਨਾਂ ਨੇ ਦੇਖਣਾ, ਕਿਉਂਕਿ ਜੇ ਸਿੱਖਾਂ ਦੀ ਗੱਲ ਕਰ ਲਵਾਂ ਇਸ ਭਾਰਤ ਵਰਸ਼ ਦੀ ਆਜ਼ਾਦੀ ਲਈ ਜਿੰਨੇ ਵੀ ਅੱਜ ਤੱਕ ਟਿਲ ਟੂਡੇ ਵੀ ਤੁਸੀਂ ਦੇਖਦੇ ਆ ਬਹੁਤ ਸਾਰੀਆਂ ਜਿਹੜੀਆਂ ਉਹ ਲਾਸ਼ਾਂ ਬਾਰਡਰ ਤੋਂ ਆਉਂਦੀਆਂ, ਅਤੇ ਜੇ ਸਿੱਖ ਆਪਣੀ ਵਫਾਦਾਰੀ ਨਿਭਾਉਂਦੇ ਤਾਂ ਲੋਕ ਜਿਹੜੇ ਸ਼ਾਸਕ ਆ ਇਸ ਧਰਤੀ ਦੇ ਇਸ ਆਪਣੇ ਭਾਰਤ ਵਾਸਤੇ ਉਹਨਾਂ ਨੂੰ ਵੀ ਨਿਭਾਉਣੀ ਚਾਹੀਦੀ ਆ। ਉਹਦੀ ਚੱਕ ਲਿਆ ਕਿਸੇ ਦੂਜੇ ਦੀ ਲਿਆ ਧਰਮਯੁੱਧ ਕਰਦਿਆਂ ਹੋਇਆਂ ਜੋ ਬੰਦੀ ਸਿੰਘ ਤਕਰੀਬਨ ਪਿਛਲੇ 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ,
बहुत ही मनुखी अधिकारां की उलंघना हो रही है, जो कि सब तो वड्डा लोकतंत्र भारत देश है उहदे विच मनुखी अधिकारां की खास करके सिखां दे मनुखी अधिकारां की उलंघना जिहड़ी बहुत वड्डे पद्धर ते हो रही है। और जो पिछले समय संगत ने अपनियां भावनावां लिखती रूप में प्रगट कीतियां ने कि 26 लाख के प्रोफार्मे जो संगत ने साइन करके दिते हुए ने कि 30-30 सालों तो बंद जेलों में बंदी सिंह ने उन्हां दी रिहाई होनी चाहिए है। और गवर्नर पंजाब ने समा दिता है कि जो 26 लाख प्रोफार्मे ने वो गवर्नर दे पास भेजे जाण। और पिछले लंबे समय तो भाई बलवंत सिंह जी राजोवाणा जो कि तकरीबन 17 साल तो फांसी की चक्की विच बंद है, 8x8 फुट की वो चक्की है। और पिछले 11 साल तो उन्होंने फैसले की जिहड़ी पटीशन है वह भी केंद्र सरकार दे कोल पेंडिंग पई हुई है, उहदा फैसला ना किया जाना जबकि राजीव गांधी के कातल छुट चुके ने, बिलकिस बानो के परिवार की हत्या करने वाले छुट चुके ने, पर यह बंदी सिंह जिन्ह ने अपने हकों की प्राप्ति वास्ते धर्म युद्ध करदिया होया जो जेलों के गए ने उन्हां दी बंद खलासी ना करना ये भारत सरकार के मत्थे ते लोकतंत्र के उत्ते बहुत वड्डा एक कलंक है। और अज गवर्नर पंजाब ने श्रोमणी गुरुद्वारा प्रबंधक कमेटी नूं शाम का समा दिता है और मानयोग प्रधान साहब अहुदेदार साहबान अज एक वफद लैके 26 लाख प्रोफार्मे लैके गवर्नर पंजाब नूं सौंपण वास्ते जा रहे हैं। और गुरु हरगोबिंद साहब महाराज चरणों के बंदी छोड़दाते चरणों में अरदास की गई है कि सतगुरु जी उन्हां महान योध्यां दी बंदी सिंघां दी कृपा करके बंद खलासी करवाओ तां कि ओह पंथ विच विचर के परिवार विच रह के अपने जिहड़ा बचिया होया जीवन है वह सुख शांति नाल चढ़दी कला दे नाल बतीत कर सकण। वाहिगुरू जी का खालसा, वाहिगुरू जी की फतह।